ਸਤਿ ਸ਼੍ਰੀ ਅਕਾਲ ਸਾਰੀ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿਰਿੰਦਰ ਐਜੂਕੇਸ਼ਨ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਪੜਾਂਗੇ ਜੋ ਕਿ ਸਿੱਖ ਧਰਮ ਦੇ ਪੰਜਵੇਂ ਗੁਰੂ ਸਨ ਤਾਂ ਅਸੀਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜਨਮ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 April 1563 AD ਦੇ ਵਿੱਚ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਇਆ ਸੀ। ਉਹਨਾਂ ਦੇ ਮਾਤਾ ਜੀ ਦਾ ਨਾਮ ਬੀਬੀ ਭਾਨੀ ਤੇ ਪਿਤਾ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਸੀ ਜੋ ਕਿ ਸਿੱਖਾਂ ਦੇ ਚੌਥੇ ਗੁਰੂ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮਿਊ ਤਹਿਸੀਲ ਫਲੋਰ ਦੇ ਵਸਨੀਕ ਸ਼੍ਰੀ ਕ੍ਰਿਸ਼ਨ ਚੰਦ ਦੀ ਸੁਪੁੱਤਰੀ ਮਾਤਾ ਗੰਗਾ ਜੀ ਦੇ ਨਾਲ ਹੋਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾਮ ਸ਼੍ਰੀ ਗੁਰੂ ਹਰगोबिंद ਸਿੰਘ ਜੋ ਕਿ ਉਹਨਾਂ ਦੀ ਗੁਰਗੱਦੀ ਦਾ ਉਤਰਾ ਅਧਿਕਾਰੀ ਸੀ ਗੁਰੂ ਅਰਜਨ ਦੇਵ ਜੀ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਗੁਰਗੱਦੀ ਉੱਤੇ ਵਿਰਾਜਮਾਨ ਰਹੇ ਸੀ। ਉਹਨਾਂ ਦੇ ਸਮਕਾਲੀ ਮੁਗਲ ਸ਼ਾਸਕ ਸੀਗੇ ਜਿਹੜੇ ਉਹ ਸੀਗੇ ਅਕਬਰ ਤੇ ਜਹਾਂਗੀਰ। ਗੱਲ ਕਰੀਏ ਉਹਨਾਂ ਦੇ ਸ਼ਬਦ ਰਚਨਾ ਦੀ ਗੁਰੂ ਗ੍ਰੰਥ ਸਾਹਿਬ ਤੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਧ ਬਾਣੀ ਦਰਜ ਹੈ ਉਹਨਾਂ ਨੇ 2218 ਸ਼ਬਦਾਂ ਦੀ ਰਚਨਾ ਕੀਤੀ ਹੈ ਤੁਹਾਨੂੰ ਕਈ ਕਿਤਾਬਾਂ ਦੇ ਵਿੱਚ 2216 ਜਿਹੜੇ ਸ਼ਬਦ ਨੇ ਉਹ ਵੀ ਲਿਖੇ ਮਿਲ ਸਕਦੇ ਹਨ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ ਸੁਖਮਨੀ 12ਵਾਂ ਮਾਜ 52 ਅਖਰੀ ਬੰਦਾਵਲੀ ਮਹੱਲਾ ਪੰਜਵਾਂ ਇਹ ਜਿਹੜੀਆਂ ਸਾਰੀਆਂ ਰਚਨਾਵਾਂ ਨੇਗੀਆਂ ਇਹੇ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਪ੍ਰਮੁੱਖ ਰਚਨਾਵਾਂ ਹਨ। ਜਹਾਂਗੀਰ ਦੇ ਹੁਕਮ ਦੇ ਅਨੁਸਾਰ ਗੁਰੂ ਅਰਜਨ ਦੇਵ ਜੀ ਨੂੰ 30 ਮਈ 1606 ਈਸਵੀ ਦੇ ਵਿੱਚ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਪਾਏ ਯੋਗਦਾਨ ਦੀ ਸਭ ਤੋਂ ਪਹਿਲਾਂ ਹੈ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੀ ਨੀ 1588 ਈਸਵੀ ਦੇ ਵਿੱਚ ਪਰਚਿੱਦ ਸੂਫੀ ਮੀਆਂ ਮੀਰ ਤੋਂ ਰਖਵਾਈ ਸੀ ਇੱਥੇ ਤੁਹਾਨੂੰ ਕਈ ਕਿਤਾਬਾਂ ਦੇ ਵਿੱਚ 1589 ਈਸਵੀ ਵੀ ਲਿਖਿਆ ਜਿਹੜਾ ਉਹ ਮਿਲ ਸਕਦਾ ਹੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਦੂਸਰਾ ਹੈ ਆਠ ਗ੍ਰੰਥ ਸਾਹਿਬ ਦਾ ਸੰਕਲਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਬੋਲ ਕੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ ਸੀ 1604 ਈਸਵੀ ਦੇ ਵਿੱਚ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦਾ ਜਿਹੜਾ ਕੰਮ ਸੀ ਉਹ ਪੂਰਾ ਹੋਇਆ ਸੀ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ਸੀ ਸੋ ਤੁਹਾਨੂੰ ਇੱਥੋਂ ਜਿਹੜੇ ਤਿੰਨ ਪ੍ਰਸ਼ਨ ਨੀਗੇ ਪੁੱਛੇ ਜਾ ਸਕਦੇ ਨੇਗੇ ਕਿ ਗੁਰੂ ਅਰਜਨ ਦੇਵ ਜੀ ਨੇ ਬਾਣੀ ਕਿਸ ਤੋਂ ਲਖਵਾਈ ਤੇ ਕਿਹੜੇ ਸਨ ਦੇ ਵਿੱਚ ਆਦ ਗ੍ਰੰਥ ਸਾਹਿਬ ਜੀ ਦਾ ਸੰਕਲਨ ਦਾ ਕੰਮ ਪੂਰਾ ਹੋ ਗਿਆ ਸੀ ਤੇ ਕਿੰਨਾਂ ਨੂੰ ਪਹਿਲੇ ਗ੍ਰੰਥੀ ਨਯੁਕਤ ਕੀਤਾ ਗਿਆ ਸੀ ਤਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਨੈਕਸਟ ਹੈ ਤੀਜਾ ਮਸੰਦ ਪ੍ਰਥਾ ਦਾ ਵਿਕਾਸ ਮਸੰਦ ਪ੍ਰਥਾ ਦੀ ਸ਼ੁਰੂਆਤ ਸੀ ਜਿਹੜੀ ਉਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਦਾ ਵਿਕਾਸ ਕਰਦੇ ਹੋਏ ਸਿੱਖਾਂ ਨੂੰ ਕਿਹਾ ਕਿ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ ਨੂੰ ਭੇਟ ਕਰਨਾ ਹੈ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਦਾ ਵਿਕਾਸ ਕਰਦੇ ਹੋਏ ਇਸ ਨੂੰ ਦਸਵੰਦ ਪ੍ਰਥਾ ਦਾ ਜਿਹੜਾ ਰੂਪ ਸੀ ਉਹ ਦੇ ਦਿੱਤਾ ਚੌਥਾ ਹੈ ਛ ਹਟਾ ਦਾ ਨਿਰਮਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਡਾਲੀ ਪਿੰਡ ਦੇ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਇੱਕ ਖੂਹ ਖੋਦਵਾਇਆ ਤੇ ਉਸ ਖੂਹ ਦੇ ਉੱਤੇ ਛੇ ਹੱਟ ਲਗਵਾਈ ਜਿਸ ਤੋਂ ਬਾਅਦ ਇਸ ਪਿੰਡ ਦਾ ਜਿਹੜਾ ਨਾਮ ਸੀਗਾ ਉਹ ਛਰਹੱਟਾ ਪੈ ਗਿਆ ਪੰਜਵਾਂ ਨਵੀਂ ਨਗਰਾਂ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤਿੰਨ ਨਵੇਂ ਜਿਹੜੇ ਨਗਰ ਸੀਗੇ ਉਹ ਸਥਾਪਿਤ ਕੀਤੇ ਸੀ ਤਿੰਨ ਨਵੇਂ ਨਗਰਾਂ ਦਾ ਨਿਰਮਾਣ ਸੀ ਜਿਹੜਾ ਕੀਤਾ ਸੀ ਪਹਿਲਾ ਹੈ ਤਰਨਤਾਰਨ ਦੂਸਰਾ ਕਰਤਾਰਪੁਰ ਤੀਸਰਾ ਹਰगोबिंदਪੁਰ ਪਹਿਲਾ ਸ਼ਹਿਰ ਤਰਨਤਾਰਨ ਜਿਹੜਾ ਕਿ 1590 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਮਾਝਾ ਦੇ ਖਾਰਾ ਨਾਮਕ ਪਿੰਡ ਦੇ ਵਿੱਚ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੱਖਣ ਦੇ ਵਿੱਚ ਤਰਨ ਤਰਨ ਨਾਮ ਦਾ ਸਰੋਵਰ ਬਣਵਾਇਆ ਸੀ ਇਸ ਕਾਰਨ ਇਸ ਜਗ੍ਹਾ ਦਾ ਜਿਹੜਾ ਨਾਮ ਸੀ ਉਹ ਤਰਨ ਤਰਨ ਪੈ ਗਿਆ ਦੂਸਰਾ ਨਗਰ ਸੀ ਕਰਤਾਰਪੁਰ 1593 ਈਸਵੀ ਦੇ ਵਿੱਚ ਜਲੰਧਰ ਦੇ ਕੋਲ ਕਰਤਾਰਪੁਰ ਨਗਰ ਜਿਹਨੂੰ ਈਸ਼ਵਰ ਦਾ ਘਰ ਕਿਹਾ ਜਾਂਦਾ ਸੀ ਉਸ ਦੀ ਸਥਾਪਨਾ ਕੀਤੀ ਅਤੇ ਗੰਗਸਰ ਸਰੋਵਰ ਦਾ ਨਿਰਮਾਣ ਕਰਵਾਇਆ ਤੀਜਾ ਨਗਰ ਹੈ ਹਰਗੋਬਿੰਦਪੁਰ ਜੋ ਕਿ 1595 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਵਿਆਸ ਨਦੀ ਦੇ ਕਿਨਾਰੇ ਹਰਗੋਬਿੰਦਪੁਰ ਨਗਰ ਵਸਾਇਆ ਸੋ ਤੁਸੀਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਨੈਕਸਟ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਾਂ ਦੀ ਸਭ ਤੋਂ ਪਹਿਲਾ ਕਾਰਨ ਪਿਰਥੀ ਚੰਦ ਦਾ ਵਿਰੋਧ ਪਿਰਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ ਜੋ ਗੁਰੂ ਗੱਦੀ ਉੱਪਰ ਆਪਣਾ ਅਧਿਕਾਰ ਸਮਝਦਾ ਸੀ ਵਿਰਤੀ ਜਨ ਸੀ ਜਿਹੜਾ ਉਹ ਬਹੁਤ ਹੀ ਲਾਲਚੀ ਸਵਾਰਥੀ ਤੇ ਬੇਈਮਾਨ ਇਨਸਾਨ ਸੀਗਾ ਤੇ ਉਹ ਗੁਰਗੱਦੀ ਤੇ ਆਪਣਾ ਅਧਿਕਾਰ ਸਮਝਦਾ ਸੀਗਾ ਤੇ ਉਸਨੇ ਗੁਰਗੱਦੀ ਨੂੰ ਪਾਉਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਸੀ ਉਹ ਕੀਤੀਆਂ ਗੁਰੂ ਜੀ ਦੇ ਖਿਲਾਫ ਉਸਨੇ ਅਕਬਰ ਦੇ ਵੀ ਕੰਨ ਭਰੇ ਤੇ ਜਹਾਂਗੀਰ ਨੂੰ ਵੀ ਗੁਰੂ ਜੀ ਦੇ ਖਿਲਾਫ ਪੜਕਾਇਆ ਪਿਰਥੀ ਚੰਦ ਨੇ ਇੱਕ ਸੰਪਰਦਾਇ ਦੀ ਸਥਾਪਨਾ ਕੀਤੀ ਸੀ ਜਿਹਨੂੰ ਮੀਨਾ ਸੰਪਰਦਾਇ ਕਿਹਾ ਜਾਂਦਾ ਸੀ ਤੁਹਾਨੂੰ ਐਗਜ਼ਾਮ ਦੇ ਵਿੱਚ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਮੀਨਾ ਸੰਪਰਦਾਇ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਸੀ ਤਾਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਦੂਸਰਾ ਕਾਰਨ ਸੀ ਨਕਸ਼ਬੰਦੀਆਂ ਦਾ ਵਿਰੋਧ ਸਿੱਖ ਧਰਮ ਦੇ ਵਾਦੇ ਪ੍ਰਭਾਵ ਕਾਰਨ ਸਰਹੰਦ ਦੇ ਨਕਸ਼ਬੰਦੀਆਂ ਨੇ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕੀਤਾ ਸਰਹੰਦ ਦੇ ਵਿੱਚ ਇਨ੍ਹਾਂ ਨਕਸ਼ਬੰਦੀਆਂ ਦਾ ਅਗਵਾਈ ਕਰਤਾ ਸ਼ੇਖ ਅਹਿਮਦ ਸਰਹੰਦੀ ਸੀ ਨੈਕਸਟ ਤੀਸਰਾ ਕਾਰਨ ਹੈ ਚੰਦੂ ਸ਼ਾਹ ਦਾ ਵਿਰੋਧ ਚੰਦੂ ਸ਼ਾਹ ਲਾਹੌਰ ਦਾ دیوان ਸੀ ਜੋ ਆਪਣੀ ਪੁੱਤਰੀ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਹਰਗੋਬਿੰਦ ਨਾਲ ਕਰਨਾ ਚਾਹੁੰਦਾ ਸੀ ਚੰਦੂ ਸ਼ਾਹ ਸੀ ਜਿਹੜਾ ਉਹ ਇੱਕ لالچی ਇਨਸਾਨ ਸੀਗਾ ਉਸਦੇ ਲਾਲਚ ਕਰਕੇ ਗੁਰੂ ਅਰਜਨ ਦੇਵ ਜੀ ਨੇ ਸੰਗਤ ਦੇ ਨਾਲ ਸਲਾਹ ਕਰਕੇ ਉਸਦੇ ਵਿਆਹ ਦੇ ਪ੍ਰਸਤਾਵ ਨੂੰ ਸਾਫ਼ ਮਨਾਂ ਕਰ ਦਿੱਤਾ ਤੇ ਉਸਨੇ ਆਪਣਾ અપਮਾਨ ਸਮਝਿਆ ਤੇ ਗੁਰੂ ਜੀ ਤੋਂ ਇਸ ਗੱਲ ਦਾ ਬਦਲਾ ਲੈਣ ਦੇ ਲਈ ਉਸਨੇ ਜਹਾਂਗੀਰ ਦੇ ਕੰਨ ਭਰੇ ਤੇ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਚੌਥਾ ਹੈ ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ ਮੁਗਲ ਸ਼ਾਸਕ ਜਹਾਂਗੀਰ ਕਟੜ ਮੁਸਲਮਾਨ ਸੀ ਜੋ ਸਿੱਖ ਧਰਮ ਦੀ ਪ੍ਰਸਿੱਧੀ ਨੂੰ ਸਹਿਨ ਨਾ ਕਰ ਸਕਿਆ ਪੰਜਵਾਂ ਕਾਰਨ ਤਤਕਾਲੀ ਕਾਰਨ ਜਹਾਂਗੀਰ ਦਾ ਬਾਗੀ ਪੁੱਤਰ ਖੁਸਰੋ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਦੇ ਲਈ ਗੋਇੰਦਵਾਲ ਸਾਹਿਬ ਆਇਆ ਸੀ ਜਿਸ ਕਾਰਨ ਵਿਰੋਧੀਆਂ ਨੇ ਗੁਰੂ ਜੀ ਵਿਰੁੱਧ ਜਹਾਂਗੀਰ ਦੇ ਕੰਨ ਪਰ ਦਿੱਤੇ ਕਿ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਸ਼ਰਨ ਦਿੱਤੀ ਹੈ ਜਿਸ ਦੇ ਕਾਰਨ ਜਹਾਂਗੀਰ ਦੇ ਹੁਕਮ ਦੇ ਉੱਪਰ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਨੂੰ 30 ਮਈ 1606 ਈਸਵੀ ਦੇ ਵਿੱਚ ਲਾਹੌਰ ਦੇ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ। ਸੋ ਏਸੀ ਸਾਡੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਪੜਿਆ ਹੈ। ਆਈ ਹੋਪ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ